ਅੱਜ ਦਾ ਰਿਵਿਊ ਦੇਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ, ਮੈਂ ਜਿਸ ਵੀ ਮੈਟਰ ਤੇ ਗੱਲ ਕਰ ਰਿਹਾ ਉਹਦੇ ਸਾਰੇ ਪਾਤਰ, ਸਾਰੀਆਂ ਘਟਨਾਵਾਂ ਸਭ ਕੁਝ ਕਾਲਪਨਿਕ ਹੈ। ਉਹਦਾ ਅਸਲ ਜ਼ਿੰਦਗੀ ਨਾਲ ਕੋਈ ਮਤਲਬ ਹੀ ਨਹੀਂ। ਆਪਾਂ ਸਿਰਫ ਔਰ ਸਿਰਫ ਐਂਟਰਟੇਨਮੈਂਟ ਪ੍ਰਮੋਟ ਕਰਦੇ ਹਾਂ, ਤੇ ਇੰਨੀਆਂ ਸੀਰੀਅਸ ਗੱਲਾਂ ਮੈਂ ਇਸ ਲਈ ਕਰ ਰਿਹਾ ਕਿਉਂਕਿ ਅੱਜ ਦਾ ਰਿਵਿਊ ਪੂਰਾ ਮਾਫੀਆ ਸਟਾਈਲ ਹੈ। ਮੈਂ ਗੱਲ ਕਰਨ ਜਾ ਰਿਹਾ ਜੀ ਨੈੱਟਫਲਿਕਸ ਦੀ ਸੀਰੀਜ਼ ਨਾਰਕੋਸ ਮੈਕਸੀਕੋ ਸੀਜ਼ਨ 2 ਦੀ। Ya no la van a rifar los colombianos. Ahora me toca a mí. Felix Gallardo, jo season 1 vich ban gaya si Underworld King, to is war unite kar reha ji ek drug cartel nu. Business karda karda oh apni family ton bahut zyada dur ho gaya te idhar DEA agent Kiki di death to baad Walt Breslin lega badla. Dekho agla Kiki piche Kiki kar gaya. ਦੇਖੋ ਜੀ ਮਾਫੀਆ ਟਾਈਪ ਸੀਰੀਜ਼ ਹੈ, ਗਾਲਾਂ ਵਾਇਲੈਂਸ ਅਤੇ ਹੋਰ ਵੀ ਬਹੁਤ ਕੁਛ ਹੈ। ਤੁਸੀਂ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਵੀ ਇਹਨੂੰ ਦੇਖ ਸਕਦੇ ਹੋ, ਪਰ ਕੰਨਾਂ 'ਚ ਹੈੱਡਫੋਨ ਲਾ ਕੇ, ਹੈੱਡਫੋਨ ਜ਼ਰੂਰ ਲਾ ਲਿਓ, ਨਹੀਂ ਤਾਂ ਘਰਦਿਆਂ ਨੇ ਤੁਹਾਡੇ ਕੰਨਾਂ 'ਤੇ ਲਾ ਦੇਣੀ। ਲੀਡ ਕਰੈਕਟਰ 'ਚ ਦਿਆਗੋ ਲੂਨਾ ਨੇ ਬਹੁਤ ਘੈਂਟ ਪਰਫੋਰਮੈਂਸ ਦਿੱਤੀ ਆ। ਸਿਨੇਮੈਟੋਗ੍ਰਾਫੀ, ਐਕਸ਼ਨ, ਡਾਇਰੈਕਸ਼ਨ ਸਭ ਕੁਛ ਬਾਕਮਾਲ। ਸੋ ਇੰਨੇ ਹੀ ਚਾਅ ਨਾਲ ਤੁਸੀਂ ਇਸ ਵੈਬ ਸੀਰੀਜ਼ ਨੂੰ ਵੇਖ ਸਕਦੇ ਹੋ ਜਿੰਨੇ ਚਾਅ ਨਾਲ ਤੁਸੀਂ ਆਪਣਾ ਰਿਸ਼ਤਾ ਵੇਖਣ ਨਹੀਂ ਜਾਂਦੇ। ਸੋ ਨੈੱਟਫਲਿਕਸ ਦੀ ਨਾਰਕੋਸ ਮੈਕਸੀਕੋ ਸੀਜ਼ਨ 2 ਇਜ਼ ਟੋਟਲੀ ਬਿੰਜ ਵਰਥ।